ब्रेक तो बाद एक बार फिर तुहाडा स्वागत है भखदियां खबरां दे विच। और इस सैगमेंट दे विच जरा गल कर लैणी है साडे उहनां सियासतदानां दी जिहड़े सियासतदानां दे उत्ते गंभीर अपराधिक मामले दर्ज ने, बावजूद इस दे उह चोणां वी लड़दे ने, जितदे वी ने, सरकारां दे विच मंत्री बण के वी बहिंदे ने, ते फिर कई वारी उह अपनी पावर दा इस्तेमाल अपने खिलाफ दर्ज होए उन्हां मामलों नूं रद्द करवाउण दे विच वी करदे ने। बहुत सारियां उदाहरणां ने, मैनूं लगदा कि उन्हां मिनिस्टरां, उन्हां मुख मंत्रियां या फिर उन्हां मंत्रियां दा जिक्र करना बहुता लाजमी नहीं होएगा, पर असीं सुप्रीम कोर्ट दे उस फैसले वल झात जरूर पावांगे जिहदे विच इक पटीशन पाई गई सी कि जिन्हां सियासतदानां दे उत्ते 5 साल ਤੋਂ ਵੱਧ ਦੀ ਸਜ਼ਾ ਦੇ ਅਪਰਾਧਿਕ ਮਾਮਲੇ ਦਰਜ ਨੇ, ਚਾਰਜਸ਼ੀਟ ਦਾਖਲ ਕੀਤੀ ਗਈ ਉਹਨਾਂ ਦੇ ਖਿਲਾਫ, ਘੱਟੋ ਘੱਟ ਉਹਨਾਂ ਦੇ ਉੱਤੇ ਚੋਣ ਲੜਨ ਦੀ ਰੋਕ ਜਿਹੜੀ ਆ ਉਹ ਲਗਾ ਦਿੱਤੀ ਜਾਵੇ। ਹੁਣ ਇਸ ਮਾਮਲੇ ਦੇ ਉੱਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਔਰ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਅਸੀਂ ਜਿਹੜਾ ਆ ਇਹ ਫੈਸਲਾ ਨਹੀਂ ਸੁਣਾ ਸਕਦੇ ਕਿ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਜਾਏਗੀ। ਇਹਦੀ ਬਾਬਤ ਜਿਹੜਾ ਆ ਕਾਨੂੰਨ ਉਹ ਸੰਸਦ ਨੇ ਬਣਾਉਣਾ ਆ, ਇਹ ਸੰਸਦ ਤੈਅ ਕਰੇ ਕਿ ਇਹੋ ਜਿਹਾ ਸਿਆਸਤਦਾਨਾਂ ਦੇ ਚੋਣ ਲੜਨ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਜਾਂ ਨਹੀਂ ਲੱਗਣੀ ਚਾਹੀਦੀ। ਪਰ ਸੁਪਰੀਮ ਕੋਰਟ ਨੇ ਇਹ ਜ਼ਰੂਰ ਦਿਸ਼ਾ ਨਿਰਦੇਸ਼ ਦੇ ਦਿੱਤੇ ਆ ਦੇਸਰਾਜ ਕਾਲੀ ਜੀ ਕਿ ਹੁਣ ਜੇ ਅਪਰਾਧਿਕ ਪਿੱਠ ਭੂਮੀ ਵਾਲਾ ਜਿਹੜਾ ਸਿਆਸਤਦਾਨ ਹੈ ਚੋਣ ਲੜਨ ਦਾ ਇੱਛੁਕ ਹੋਏਗਾ, ਉਮੀਦਵਾਰ ਬਣਦਾ ਆ, ਤਾਂ ਘੱਟੋ ਘੱਟ 3 ਵਾਰੀ ਪ੍ਰਿੰਟ ਮੀਡੀਆ ਦੇ ਵਿੱਚ, 1 ਵਾਰੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਿਹੜਾ ਆ ਉਹਨੂੰ ਆਪਣੀ ਅਪਰਾਧਿਕ ਪਿੱਠ ਭੂਮੀ ਦੇ ਬਾਰੇ ਦੱਸਣਾ ਪਏਗਾ, ਆਪਣਾ ਪੂਰਾ ਬਿਊਰਾ ਦੇਣਾ ਪਏਗਾ। ਔਰ ਇਹਦੇ ਨਾਲ ਨਾਲ ਜਿਹੜੀ ਪਾਰਟੀ ਵੱਲੋਂ ਉਹ ਚੋਣ ਲੜਦਾ ਹੈ ਉਸ ਪਾਰਟੀ ਨੂੰ ਆਪਣੀ ਵੈਬਸਾਈਟ 'ਤੇ ਵੀ ਇਹ ਪੂਰੀ ਜਾਣਕਾਰੀ ਜਿਹੜੀ ਆ ਉਹ ਦੇਣੀ ਪੈਗੀ। ਇਹ ਕਹਿ ਸਕਦੇ ਹਾਂ ਆਪਾਂ ਕਿ ਜਿਹੜੇ ਸਿਆਸਤਦਾਨ ਲੋਕਾਂ ਦੇ ਵਿੱਚ ਘੱਟੋ ਘੱਟ ਆਪਣੀ ਅਪਰਾਧਿਕ ਪਿੱਠ ਭੂਮੀ ਲੁਕੋ ਕੇ ਜਾਂਦੇ ਸੀਗੇ ਉਹਦੇ ਤੋਂ ਛੁਟਕਾਰਾ ਜ਼ਰੂਰ ਮਿਲ ਜਾਏਗਾ ਲੋਕਾਂ ਨੂੰ। ਇਹ ਆ ਕੁਛ ਕੁਛ ਪਾਰਦਰਸ਼ਤਾ ਆਏਗੀ ਕਿਉਂਕਿ ਕੌਨਸਟੀਟਿਊਸ਼ਨਲੀ ਇਹੋ ਜਿਹੀ ਰੋਕ ਦਾ ਕੋਈ ਪ੍ਰਾਵਧਾਨ ਹੈ ਨਹੀਂ ਆ। ਅਗਰ ਸੰਸਦ ਕੋਈ ਪਾਰਲੀਮੈਂਟ 'ਚ ਕੋਈ ਐਸਾ ਕਾਨੂੰਨ ਬਣਾ ਦਿੰਦੀ ਹੈ ਜਿਹੜਾ ਬਣਾਇਆ ਨਹੀਂ ਜਾਣਾ ਕਿਉਂਕਿ ਇਹ ਕਿਸੇ ਨੂੰ ਵੀ ਸੂਟ ਨਹੀਂ ਕਰਨਾ ਹੈ। ਲਗਭਗ ਹਰ ਪਾਰਟੀ ਦੇ ਵਿੱਚ 40% ਦੇ ਕਰੀਬ ਜਿਹੜਾ ਕ੍ਰਾਈਮ ਨਾਲ ਜੁੜੇ ਹੋਏ ਜਿਨ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਨੇ ਔਰ ਦੋਸ਼ ਆਏਦ ਹੋ ਚੁੱਕੇ ਨੇ, ਬਹੁਤ ਸਾਰੇ ਸੰਗੀਨ ਜਿਹੜੇ ਮਾਮਲੇ ਨੇ ਉਹਨਾਂ ਇਸ਼ੂਜ਼ ਦੇ ਜੁੜੇ ਹੋਏ ਨੇ, ਔਰ ਉਹ ਮੰਤਰੀ ਵੀ ਨੇ, ਸੰਤਰੀ ਵੀ ਨੇ, ਮੁੱਖ ਮੰਤਰੀ ਵੀ ਨੇ, ਬਹੁਤ ਕੁਝ ਹੈ। ਪਰ ਸੁਪਰੀਮ ਕੋਰਟ ਦੇ ਇਹ ਦਿਸ਼ਾ ਨਿਰਦੇਸ਼ ਕੁਛ ਵੋਟਰ ਨੂੰ, ਕੁਛ ਸਾਡੇ ਸਿਟੀਜ਼ਨ ਨੂੰ, ਸਾਡੇ ਨਾਗਰਿਕ ਨੂੰ, ਦੇਸ਼ ਦੇ ਨਾਗਰਿਕ ਨੂੰ ਇੱਕ ਉਸ ਪਾਤਰ ਦੀ, ਉਸ ਸਿਆਸੀ ਆਗੂ ਦੀ ਜਿਹੜਾ ਚੋਣ ਲੜਨ ਜਾ ਰਿਹਾ ਹੈ ਉਹਦੀ ਉਹ ਕ੍ਰਾਈਮ ਦੀ ਪਿੱਠ ਭੂਮੀ ਜਿਹੜੀ ਹੈ ਉਹ ਜਦੋਂ ਆਪਣਾ ਚਾਹੇ ਉਹ ਸਪਸ਼ਟਤਾ ਹੀ ਦਿਖਾਵੇ ਉਹਦੇ ਵਿੱਚ, ਉਹਦੇ ਬਾਰੇ ਆਪਣੀ ਕੋਈ ਆਪਣਾ ਪੱਖ ਪੇਸ਼ ਕਰੇ ਉਹਦੇ ਵਿੱਚ, ਪਰ ਉਹ ਸਾਰੇ ਦੇ ਸਾਰੇ ਕੈਸੇ ਮਾਮਲੇ ਨੇ, ਕਿੰਨੇ ਕੁ ਸੰਗੀਨ ਨੇ, ਕਿਉਂਕਿ ਜਦੋਂ ਤੁਸੀਂ ਮਾਮਲੇ ਦਾ ਸਟੇਟਸ ਪਾਓਗੇ, ਆਪਣੀ ਵੈਬਸਾਈਟ 'ਤੇ ਪਾਓਗੇ, ਇਲੈਕਟ੍ਰੋਨਿਕ ਮੀਡੀਆ 'ਚ ਦੱਸੋਗੇ, ਪ੍ਰਿੰਟ ਮੀਡੀਆ 'ਚ 2-3 ਵਾਰ ਦੱਸੋਗੇ, ਜਿਨ੍ਹਾਂ ਲੋਕਾਂ ਤੱਕ ਉਹ ਜਾਏਗਾ, ਰਸਾਈ ਹੋਏਗੀ ਉਸ ਸਾਰੇ ਤੁਹਾਡੇ ਪੱਖ ਦੀ ਕਹਿ ਲਓ ਜਾਂ ਤੁਹਾਡੀ ਪਿੱਠ ਭੂਮੀ ਦੀ, ਤਾਂ ਲੋਕਾਂ ਨੂੰ ਇੱਕ ਕੰਪੈਰੀਟਿਵ ਸਟੱਡੀ ਦਾ ਮੌਕਾ ਵੀ ਮਿਲ ਜਾਏਗਾ ਕਿ ਭਾਈ ਇਹਨਾਂ ਦੇ ਮੁਕਾਬਲੇ ਘੱਟੋ ਘੱਟ ਆਹ ਪਾਤਰ ਜੋ ਹੈ, ਆਹ ਲੀਡਰ ਜੋ ਹੈ, ਆਹ ਚੋਣ ਲੜਨ ਵਾਲਾ ਵਿਅਕਤੀ ਜੋ ਹੈ ਉਹਦੇ ਪੱਖ 'ਚ ਆਹ ਪੋਜ਼ਿਟਿਵਿਟੀ, ਆ ਸਕਾਰਾਤਮਕਤਾ ਜਾਂਦੀ ਆ ਵੀ ਘੱਟੋ ਘੱਟ ਉਹਦੇ ਨਾਂ 'ਤੇ ਕ੍ਰਿਮੀਨਲ ਕੇਸਿਸ ਤਾਂ ਨਹੀਂ ਦਰਜ ਹੈਗੇ, ਉਹਨਾਂ ਦੇ ਫੈਸਲੇ ਅਜੇ ਹੋਏ ਆ ਜਾਂ ਨਹੀਂ ਹੋਏ, ਦੈਟਸ ਅਨਦਰ ਮੈਟਰ, ਇਹ ਦੂਸਰਾ ਪੱਖ ਹੈ। ਪਰ ਉਹਦੇ ਉੱਤੇ ਕੇਸ ਦਰਜ ਨੇ, ਕੇਸ ਚੱਲ ਰਹੇ ਨੇ ਔਰ ਇਹ ਇੰਨੇ ਕੁ ਸੰਗੀਨ ਨੇ, ਸੋ ਮੈਨੂੰ ਲੱਗਦਾ ਉਹ ਕਿਤੇ ਨਿਤਾਰਾ ਕਰਨ ਦੇ ਵਿੱਚ ਜਿਹੜਾ ਥੋੜ੍ਹਾ ਪੋਲੀਟੀਕਲੀ ਜਿਹੜਾ ਇਸ ਤਰੀਕੇ ਦੇ ਲੋਕ ਬਹੁਤ ਵੱਡੀ ਸੰਖਿਆ ਦੇ ਵਿੱਚ ਸਾਡੇ ਇਸ ਟਾਈਮ ਪ੍ਰਵੇਸ਼ ਕਰ ਚੁੱਕੇ ਨੇ, ਮੈਨੂੰ ਲੱਗਦਾ ਉਹਦੇ 'ਤੇ ਵੀ ਥੋੜ੍ਹਾ ਜਿਹਾ ਛਾਨਣਾ ਜਿਹੜਾ ਲੱਗੇਗਾ। ਸੋ ਇਹ ਸਵਾਗਤਯੋਗ ਡਾਇਰੈਕਸ਼ਨਸ ਨੇ ਔਰ ਪਾਰਟੀਆਂ ਨੂੰ ਵੀ ਥੋੜ੍ਹਾ ਜਿਹਾ ਹਿਚਕਚਾਹਟ ਪੈਦਾ ਹੋਏਗੀ ਘੱਟੋ ਘੱਟ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦਿੰਦਿਆਂ, ਤਾਂ ਕਿ ਪਹਿਲਾਂ ਹੀ ਤੁਹਾਡੀ ਗਿਣਤੀ ਦੀ ਉਹਨਾਂ ਨੇ ਦੱਸ ਦੇਣੀ ਹੈ ਕਿ ਪਹਿਲਾਂ ਹੀ ਤੁਹਾਡੇ ਇੰਨੀ ਵੱਡੀ ਗਿਣਤੀ ਦੇ ਵਿੱਚ, ਹਾਲਾਂਕਿ ਅਜੇ ਵੀ ਸਾਡੀ ਪ੍ਰੈਸ ਥੋੜ੍ਹਾ ਜਿਹਾ ਅਲਰਟ ਹੋਣ ਕਰਕੇ, ਜਾਗਦੀ ਹੋਣ ਕਰਕੇ ਹਾਲੇ ਵੀ ਚੋਣਾਂ ਤੋਂ ਪਹਿਲਾਂ ਹੀ
बहुत सारे ऐसे केसिस नशर हो जाते हैं जिदे उन्होंने क्राइम की लिस्ट जी छाया हो जाती है, प्रकाशित हो जाती है, पब्लिश कर दी जाती है, पर ज्यादा नहीं होता, ज्यादा नहीं होता। सो ये घटो घट और मीडिया भी कई बार खा जाता है तस्वीर साफ आ जां धुंधली आ ਉਹ ਘੱਟੋ ਘੱਟ ਤੁਹਾਨੂੰ ਦੇਖਣ ਨੂੰ ਜਿਹੜੀ ਆ ਨਾ ਉਹ ਮਿਲ ਜਾਏਗੀ ਮਿਲ ਜਾਏਗੀ। ਸੰਤ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸਿਆਸਤ ਪਾਕ ਸਾਫ ਹੋ ਜਾਏਗੀ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ, ਇਸ ਨਿਰਦੇਸ਼ ਤੋਂ ਬਾਅਦ? ਦੇਖੋ ਬਹੁਤੀ ਪਾਕ ਸਾਫ ਹੋਣ ਦੀ ਤਾਂ ਉਮੀਦ ਨਹੀਂ ਹੈ ਕਿਉਂਕਿ ਹਰ ਪਾਰਟੀ ਦੇ ਵਿੱਚ ਜਿਹੜੇ ਕਰਪਟ ਲੀਡਰ ਨੇ ਉਹ ਹੈ ਹੀ ਨੇ, ਅਤੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਇੱਕ ਗਰੁੱਪ ਹੈ ਉਹਦਾ ਮੋਦਵਾਰ ਬੰਦਾ ਉਸਨੂੰ ਬਣਾਇਆ ਜਾਂਦਾ, ਮੈਨੂੰ ਲੱਗਦਾ ਜਿਹੜਾ ਹਰ ਥਾਂ ਜਾ ਕੇ ਗੱਲ ਕਰ ਸਕੇ, ਗੁੰਡਾਗਰਦੀ ਕਰ ਸਕੇ, ਹਰ ਤਰੀਕੇ ਦੇ ਨਾਲ ਕੋਈ ਕੰਮ ਕਰਾ ਸਕੇ, ਉਸ ਬੰਦੇ ਨੂੰ ਮੋਰਲਾ ਬੰਦਾ ਬਣਾਇਆ। ਚਲੋ ਅਸੀਂ ਇਸ ਸ਼ਬਦ ਦਾ ਇਸਤੇਮਾਲ ਨਾ ਕਰੀਏ। ਨਹੀਂ 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 ਉਹ ਚੀਜ਼ ਨਹੀਂ, ਗੁੰਡਾਗਰਦੀ ਕਰ ਸਕੇ ਉਹ ਵੱਖਰੀ ਗੱਲ ਹੈ ਕਿ ਇਸ ਤਰੀਕੇ ਦੀ ਬਿਰਤੀ ਵਾਲੇ ਲੋਕ ਸਿਆਸਤ ਵਿੱਚ ਹੈਗੇ ਆ। ਹਾਂ ਮੈਂ ਉੱਥੇ ਹੀ ਆਣ ਵਾਲਾ ਸੀ, ਮੂਰਲੀ ਕਤਾਰ ਚ ਨੇ। ਹਾਂ ਮੈਂ ਉੱਥੇ ਹੀ ਆਣ ਵਾਲਾ ਸੀਗਾ ਜਦੋਂ ਆਪਾਂ ਜਿਹੜਾ ਇਨੀਸ਼ੀਅਲ ਸਟੇਜ ਜਿਹੜਾ ਥੱਲੇ ਮੁੱਢਲੀ ਆਪਾਂ ਜਦੋਂ ਕੋਈ ਸਰਪੰਚ ਜਾਂ ਕੋਈ ਇਵੇਂ ਦਾ ਨੁਮਾਇੰਦਾ ਚੁਣਦੇ ਹਾਂ, ਉੱਥੇ ਹੀ ਆਪਾਂ ਉਹ ਨੁਮਾਇੰਦਾ ਆਪਾਂ ਚੁਣਦੇ ਕਿਉਂਕਿ ਜਿਹੜੀ ਸਾਡੀ ਆਵਾਜ਼ ਆ ਉਹ ਲੋਕ ਸਭਾ ਜਾਂ ਵਿਧਾਨ ਸਭਾ ਜਾਂ ਫਿਰ ਲੋਕਾਂ ਤੱਕ, ਮਤਲਬ ਕਿ ਸਰਕਾਰ ਤੱਕ ਸਾਡੇ ਸਾਡਾ ਇੱਕ ਅੱਖ ਬਣ ਕੇ ਅਤੇ ਉੱਥੋਂ ਤੱਕ ਜਾ ਸਕੇ। ਪਰ ਹੁੰਦਾ ਕੀ ਹੈ ਕਿ ਇਹ ਜਿਹੜੇ ਵੀ ਲੀਡਰ ਹੁੰਦੇ ਨੇ ਜਿਨ੍ਹਾਂ ਦੇ ਅਪਰਾਧਿਕ ਕਿਸਮ ਦੇ ਕੇਸ ਹੁੰਦੇ ਨੇ, ਉਹ ਕੀ ਕਰਦੇ ਨੇ ਜੋ ਸੱਤਾ ਦੇ ਵਿੱਚ ਆਉਂਦੇ ਨੇ ਉਹ ਆਪਣੇ ਨਿੱਜੀ ਮੁਫਾਦ ਅਤੇ ਆਪਣੇ ਨਿੱਜੀ ਲੜਾਈਆਂ ਜਿਹੜੀਆਂ ਜਾਂ ਨਿੱਜੀ ਜਿਹੜੀਆਂ ਕੀੜਾਂ ਨੇ ਉਹ ਪੂਰੀਆਂ ਜਿੰਨਾ ਵੀ ਹੁੰਦਾ ਨੇ ਆਪਦਾ ਕਰਦੇ ਨੇ। ਦੂਜੀ ਇੱਕ ਚੀਜ਼ ਆ, ਇੱਥੇ ਮੀਡੀਆ ਅਗਰ ਇੱਕ ਅੱਧੀ ਵਾਰੀ ਵੀ ਮੀਡੀਆ ਦੇ ਵਿੱਚ ਅਗਰ ਖਬਰ ਆਉਂਦੀ ਇਸ ਤਰੀਕੇ ਦੀ, ਕੋਈ ਵੀ ਆਪਣਾ ਪੱਖ ਰੱਖਦਾ ਹੈ ਕਿ ਉਹਦੇ ਜਿਹੜੇ ਅਪਰਾਧਿਕ ਮਾਮਲੇ ਨੇ ਉਹ ਕਿੰਨੇ ਨੇ, ਮੀਡੀਆ ਜ਼ਰੂਰ ਇੱਕ ਅੱਧੀ ਦੋ ਵਾਰੀ ਤਿੰਨ ਵਾਰੀ ਕਰਕੇ ਉਹਨੂੰ ਦਿਖਾਏਗਾ। ਪਰ ਸੋਸ਼ਲ ਮੀਡੀਆ ਦਾ ਹੁਣ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਘੱਟ ਤੋਂ ਘੱਟ ਨਹੀਂ ਤਾਂ ਜਿਹੜਾ ਉਹ ਏਰੀਆ ਵਾ ਜਿੱਥੋਂ ਦਾ ਉਹ ਲੀਡਰ ਹੋਵੇਗਾ, ਜਿਹੜਾ ਅਗਰ ਜੇ ਛੋਟੇ ਲੈਵਲ ਦਾ ਜਿਵੇਂ ਕਿ ਸਟੇਟ ਲੈਵਲ ਦਾ ਜਾਂ ਫਿਰ ਉਹ ਜੇ ਡਿਸਟ੍ਰਿਕਟ ਵਾਈਜ਼ ਜਿਹੜਾ ਵੀ ਹੋਵੇਗਾ, ਉਸ ਡਿਸਟ੍ਰਿਕਟ ਤੱਕ ਤਾਂ ਘੱਟੋ ਘੱਟ ਇਹ ਖਬਰ ਪਹੁੰਚ ਜਾਏਗੀ ਸੋਸ਼ਲ ਮੀਡੀਆ ਦੇ ਥਰੂ। ਪਰ ਸੋਸ਼ਲ ਮੀਡੀਆ ਦੀ ਸੰਤ ਸਾਹਿਬ ਆਪਣੀ ਇੱਕ ਦਾਇਰਾ ਆ, ਉਹਦੀ ਭਰੋਸੇਯੋਗਤਾ ਤੇ ਹਮੇਸ਼ਾ ਸਵਾਲ ਉੱਠਦਾ ਰਹਿੰਦਾ ਹੈ ਭਰੋਸੇਯੋਗ। ਪਰ ਇੱਕ ਚੀਜ਼ ਹੈ ਨਾ, ਹੁੰਦਾ ਕੀ ਆ ਸੋਸ਼ਲ ਮੀਡੀਆ ਦੇ ਉੱਤੇ ਵੀ, ਜਿਵੇਂ ਆਪਾਂ ਕਿਸੇ ਨਿਊਜ਼ ਚੈਨਲ ਦਾ ਪ੍ਰੋਪਰ ਉਹਨੂੰ ਕਰਟਸੀ ਦੇ ਕੇ ਅਤੇ ਜਦੋਂ ਕੋਈ ਵੀ ਗਰੁੱਪ ਜਾਂ ਕੋਈ ਵੀ ਪੇਜ ਜਿਹੜਾ ਵਾ ਉਹਨੂੰ ਅੱਗੇ ਨਸ਼ਰ ਕਰਦਾ ਵਾ ਸੋਸ਼ਲ ਮੀਡੀਆ ਤੇ ਜਾਏਗੀ, ਕਿਉਂਕਿ ਮੀਡੀਆ ਤੇ ਇੱਕ ਅੱਧੀ ਵਾਰੀ ਹੀ ਉਹ ਖਬਰ ਹੁੰਦੀ ਹੈ। ਆਪਾਂ ਦੇਖਦੇ ਹਾਂ ਨਾ, ਇੱਕ ਖਬਰ ਆਉਂਦੀ ਹੈ ਉਸਨੂੰ ਟੀਵੀ ਚੈਨਲ ਜਾਂ ਫਿਰ ਕੋਈ ਵੀ ਪ੍ਰਿੰਟ ਮੀਡੀਆ ਇੱਕ ਵਾਰੀ ਨਸ਼ਰ ਕਰਦਾ, ਪਰ ਉਸ ਤੋਂ ਬਾਅਦ ਉਹ ਮਹੀਨੇ ਤੱਕ, ਦੋ ਚਾਰ ਮਹੀਨੇ ਤੱਕ ਉਹ ਖਬਰ ਜਿਹੜੀ ਹੈ ਜਿੰਨੀ ਦੇਰ ਤੱਕ ਉਸਦਾ ਉਹ ਪੂਰੀ ਤਰੀਕੇ ਦੇ ਨਾਲ ਲੋਕਾਂ ਤੱਕ ਨਹੀਂ ਪਹੁੰਚਦਾ। ਸਮੇਂ ਮਹਿੰਗਾਈ ਦੇ ਸਮੇਂ ਜਦੋਂ ਯੂਪੀਏ ਦੀ ਸਰਕਾਰ ਸੀ ਤੇ ਬੀਜੇਪੀ ਦੇ ਲੀਡਰਾਂ ਵੱਲੋਂ ਕੀਤੀਆਂ ਗਈਆਂ ਬਿਆਨਬਾਜ਼ੀਆਂ ਹੁਣ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ। ਬਿਲਕੁਲ, ਪੁਰਾਣੀਆਂ ਚੀਜ਼ਾਂ ਹੁਣ ਨਿਕਲ ਕੇ ਆ ਰਹੀਆਂ। ਮੈਂ ਹੁਣੇ ਇੱਕ ਵੀਡੀਓ ਥੋੜ੍ਹੀ ਦੇਰ ਪਹਿਲਾਂ ਦੇਖੀ ਸੀਗੀ ਕਿ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਕਿ ਕਾਂਗਰਸ ਦੀ ਰੈਲੀ ਦੇ ਵਿੱਚ ਜਿਹੜੇ ਕਾਂਗਰਸੀ ਆਪਸ ਦੇ ਵਿੱਚ ਭਿੜੇ, ਉਹ ਜਦਕਿ ਪਹਿਲਾਂ ਦੀ ਹੈ ਲੰਬੀ ਦੀ ਰੈਲੀ ਹਾਲੇ ਹੋਣ ਵਾਲੀ ਹੈ, ਉਹ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਹੈ। ਇਸ ਤਰੀਕੇ ਦੇ ਨਾਲ ਜਿਹੜੇ ਜ਼ਮੀਨੀ ਜਿਹੜੇ ਘੱਟ ਤੋਂ ਘੱਟ ਉਨੀ ਖਬਰ 'ਤੇ ਤੱਕ ਪਹੁੰਚ ਨਹੀਂ ਰੱਖਦੇ ਉਹਨਾਂ ਨੂੰ ਵੀ ਘੱਟ ਤੋਂ ਘੱਟ ਜਾਣਕਾਰੀ ਹੋ ਜਾਊਗੀ, ਜਿਹੜੇ ਟੀਵੀ ਨਾਲ ਬਹੁਤਾ ਜ਼ਿਆਦਾ ਨਹੀਂ ਜੁੜੇ ਉਹਨਾਂ ਤੱਕ ਵੀ ਇਹ ਚੀਜ਼ਾਂ ਪਹੁੰਚ ਜਾਣਗੀਆਂ ਜਿਹੜੇ ਸੋਸ਼ਲ ਮੀਡੀਆ ਤੱਕ ਹੀ ਸੀਮਿਤ। ਇੱਕ ਛੋਟੀ ਜਿਹੀ ਟਿੱਪਣੀ ਦਸਰਾਜ ਕਾਲ ਜੀ ਤੁਹਾਡੇ ਕੋਲ ਮੈਂ ਚਾਹੁੰਦਾ ਹਾਂ ਇਸ ਬਾਬਤ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਔਰ ਕਹਿ ਸਕਦੇ ਕਿ ਸਿਰਮੌਰ ਪੱਤਰਕਾਰਾਂ ਦੇ ਵਿੱਚ ਸ਼ੁਮਾਰ ਹੁੰਦਾ ਹੈ ਤੁਹਾਡਾ। ਜਦੋਂ ਅਸੀਂ ਭਾਰਤੀ ਮੀਡੀਆ ਨੂੰ ਦੇਖਦੇ ਹਾਂ, ਅਸੀਂ ਉਹਦਾ ਚਮਕਦਾ ਚਿਹਰਾ ਵੀ ਦੇਖਦੇ ਹਾਂ, ਉਸ ਚਮਕ ਦੇ ਚਿਹਰੇ ਦੇ ਪਿਛਲੀਆਂ ਝੁਰੜੀਆਂ ਜਾਂ ਉਸ ਚਿਹਰੇ ਦੇ ਪਿੱਛੇ ਜਿਹੜਾ ਇੱਕ ਗੰਦਾ ਦਿਮਾਗ, ਕੁਝ ਜਿਹੀਆਂ ਚਾਲਾਂ, ਅਸੀਂ ਉਹ ਸਾਰੀਆਂ ਚੀਜ਼ਾਂ ਵੀ ਦੇਖਦੇ ਹਾਂ। ਲੱਗਦਾ ਆ ਕਿ ਜੇ ਇਹ ਸੁਪਰੀਮ ਕੋਰਟ ਦੇ ਹੁਕਮ ਨੇ ਕਿ ਪ੍ਰਿੰਟ ਮੀਡੀਆ ਦੇ ਵਿੱਚ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ